ਉਹ ਜਾਗਰੂਕ ਕਰਾਉਣੇ ਦੇ ਕੰਨੇ ਗਏ ਅਸੀਂ 10 ਦਿਨ ਪੂਰੇ ਤਰੀਕੇ ਕੰਨੇ ਆਪਣੇ ਬੋਟੇ ਦੀ ਸੰਭਾਲ ਕਰਨੀ ਪਊ। ਇਸ ਵਾਸਤੇ ਜ਼ਿਆਦਾ ਗੱਲ ਨਹੀਂ ਕਰਨੀ, ਡਿਵੈਲਪਮੈਂਟ ਦੇ ਕਈ ਇਸ਼ੂ ਸਨ ਲੇਕਿਨ ਜਿਹੜੀ ਡਿਵੈਲਪਮੈਂਟ ਇਸ ਪੰਚਾਇਤ ਦੇ ਵਿੱਚ ਹੋਈ, ਸਾਡੀ ਡੀਡੀ ਜਿਹੜੀ ਸਰਪੰਚ ਨ, ਸਾਡੇ ਇੱਥੇ ਦੇ ਡੀਡੀਸੀ, ਸਾਡੇ ਇੱਥੇ ਦੇ ਬੀਡੀਸੀ ਹੈ, ਇਹਦੇ ਲੋਕਾਂ ਦਾ ਅੱਛਾ ਇੱਕ ਯੋਗਦਾਨ ਜਿਹੜਾ ਸਾਰਾ ਰਿਹਾ। ਸਾਡੇ ਪੰਚ, ਪੰਚਾਂ ਨੂੰ ਕੋਈ ਕਸਰ ਨਹੀਂ ਛੁੜੀ, ਸਾਡੇ ਸਰਦਾਰੀ ਜੀ ਉਹ ਵੀ ਪੂਰੇ ਤਰੀਕੇ ਕੰਨੇ ਮਿਹਨਤ ਕਰੇ ਕਰਦੇ, ਸਾਰੇ ਲੋਕਾਂ ਜਿਹੜੀ ਮਿਹਨਤ ਕੀਤੀ ਉਹ ਅੱਗੇ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਤੁਹਾਡਾ। ਜਿਹੜੀ ਕੋਈ ਮਾੜੀ ਮੋਟੀ ਮੁਸ਼ਕਲਾਤ ਰਹਿੰਦੀ ਵੀ ਹੈ, ਹੁਣ ਉਹ ਵੀ ਨਹੀਂ ਰਹਿਣੀ। ਇਸ ਵਾਸਤੇ ਮੈਂ ਤੁਹਾਡੇ ਅੱਗੇ ਜ਼ਿਆਦਾ ਸਮੇਂ ਨਹੀਂ ਲੈਂਦੇ ਹੋਏ, ਕੇਵਲ ਇੰਨੀ ਗੱਲ ਆਖਣਾ ਕਿ ਵਿਸ਼ਵਾਸ ਰੱਖਿਓ ਕਿ ਤੁਸੀਂ ਵੋਟ ਪਾਉਣ ਦੇ ਬਾਅਦ ਕਦੇ ਨਿਰਾਸ਼ਾ ਹੱਥ ਨਹੀਂ ਲੱਗੋ, ਕਦੇ ਅਫਸੋਸ ਨਹੀਂ ਹੋ ਕਿ ਇੰਨੇ ਵਾਰ ਪਹਿਲੇ ਵੀ ਚੁਣਾਵ ਵੋਟ ਪਾਇਆ, ਇਸ ਵਾਰੀ ਵੋਟ ਪਾਇਆ ਇੱਕੇ ਹਿਸਾਬ ਰਿਹਾ, ਐਸਾ ਨਹੀਂ ਹੋ। ਤੁਸੀਂ ਇਤਿਹਾਸ ਲੱਭੋ ਕਿ ਜੰਮੂ ਕਸ਼ਮੀਰ ਦੇ ਅੰਦਰ ਇਸ ਵਿਧਾਨ ਸਭਾ ਦੇ ਅੰਦਰ ਜਿਹੜਾ ਤੁਸੀਂ ਆਪਣਾ ਵੋਟ ਪਾਉਣਾ, ਥੋੜੀ ਦੇਰ ਦੇ ਬਾਅਦ ਤੁਸੀਂ ਗਰਮ ਮਹਿਸੂਸ ਹੋ ਕਿ ਅਸੀਂ ਰਾਈਟ ਟਾਈਮ ਉੱਪਰ, ਰਾਈਟ ਟਰੈਕ ਉੱਪਰ ਚੱਲਣ ਦਾ ਕੰਮ ਕੀਤਾ। ਔਰ ਮੇਰਾ ਅੰਤ ਵਿੱਚ ਤੁਹਾਡੇ ਸਾਰੇ ਦੇ ਅੱਗੇ ਹੱਥ ਜੋੜੀਏ, ਤੁਹਾਡੇ ਸਾਰੇ ਦੇ ਚਰਨ ਚ ਨਤਮਸਤਕ ਹੋਈਏ, ਮੈਂ ਇੱਕ ਆਗਰਾ ਕਰਨ, ਨਿਵੇਦਨ ਕਰਨ, ਆਪਣੀ ਗੱਲ ਰੱਖਣ ਕਿ ਤੁਸੀਂ ਲੋਕੇ ਜਨਤਾ ਜਨਾਰਦਨ ਨੇ ਜਿਹੜਾ ਇੱਕ ਫੈਸਲਾ ਕੀਤਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਲੜੋ, ਔਰ ਅਸੀਂ ਲੜਨਾ ਸ਼ੁਰੂ ਕੀਤਾ, ਕੱਲ ਸਾਡਾ ਨਿਸ਼ਾਨ ਆਉਣਾ। ਲੇਕਿਨ ਇਹ ਜਿਹੜੀ ਚੁਣਾਵ ਦੇ ਵਿੱਚ ਜਿਹੜਾ ਨਾਂ ਹੈ, ਜਿਹੜਾ ਮੈਂਡੇਟ ਦੇ ਤੌਰ ਪਰ ਜਿਹੜਾ ਅਸੀਂ ਨਹੀਂ ਮਿਲਿਆ, ਉਹ ਕੇਵਲ ਪਵਨ ਖਜੂਰੀਆ ਕੀ ਨਾਂ ਮਿਲਿਆ। ਲੇਕਿਨ ਇਹ ਜਿਹੜਾ ਚੁਣਾਵ ਲੜੇ ਕਰਨਾ ਆਜ਼ਾਦ ਉਮੀਦਵਾਰ ਦੇ ਤੌਰ ਪਰ, ਪਵਨ ਖਜੂਰੀਆ ਨੇ ਪੂਰੀ ਜਨਤਾ ਜਨਾਰਦਨ ਚੁਣਾਵ ਲੜੇ ਕਰਨਾ, ਇਹ ਸਾਰੀ ਜਨਤਾ ਜਨਾਰਦਨ ਚੁਣਾਵ ਲੜੇ ਕਰਦੀ। ਇਸ ਵਾਸਤੇ ਅਸੀਂ ਪੂਰੀ ਮਜ਼ਬੂਤੀ ਕੰਨੇ ਖੜੇ ਹੋਣਾ ਪਊ। ਕਈ ਲੋਕਾਂ ਤੁਹਾਡੇ ਵਿੱਚ ਆਉਣਾ ਜਾਤੀ ਵਿਆਹ ਦੀ ਗੱਲ ਕਰਨੀ, ਕਈ ਲੋਕਾਂ ਆਉਣਾ ਭਰਮ ਪਾਉਣ ਦੀ ਕੋਸ਼ਿਸ਼ ਕਰਨੀ, ਕਈ ਲੋਕਾਂ ਆਉਣਾ ਕਈ ਪ੍ਰਲੋਭਨ ਦੇਣ ਦੀ ਗੱਲ ਕਰਨੀ, ਲੇਕਿਨ ਤੁਸੀਂ ਕਿਸੇ ਦੇ ਝਾਂਸੇ ਵਿੱਚ ਨਹੀਂ ਆਉਣਾ, ਤੁਸੀਂ ਆਪਣੇ ਮਜ਼ਬੂਤੀ ਕੰਨੇ ਆਪਣੇ ਸਤੰਭ ਅੰਗਰ ਖੜੇ ਰਹਿਣਾ। ਔਰ ਮਾਤਰ ਤੁਸੀਂ 15 ਦਿਨ ਦੇ ਅੰਦਰ ਸਾਡਾ ਚੁਣਾਵ ਜਿਹੜਾ ਉਹ ਚੁਣਾਵ ਪਹਿਲੀ ਤਰੀਕ ਹੈ, ਔਰ 15 ਦਿਨ ਕੰਮ ਕਰਨ ਦੇ ਬਾਅਦ ਜਿਸ ਵੇਲੇ ਚੁਣਾਵ ਹੁੰਦਾ ਉਹਦੇ ਬਾਅਦ ਤੁਸੀਂ ਆਪਣੇ ਘਰ ਚ ਮਸਤ ਹੋਈਏ, ਆਰਾਮ ਕਰਨਾ, ਸੇਵਕ ਦੇ ਰੂਪ ਚ ਅਸੀਂ ਤੁਹਾਡੀ ਸੇਵਾ ਕਰਨੀ, ਔਰ ਸੇਵਾ ਕਰਨੀ ਉਹਦਾ ਇੱਕ ਇਤਿਹਾਸ। ਇਸ ਵਾਸਤੇ ਮੈਂ ਹੁਣ ਇੱਕ ਜਾਗੋਸ਼ ਲਗਾ, ਜਾਗੋਸ਼ ਦਾ ਤੁਸੀਂ ਉੱਤਰ ਦੇਣਾ ਪੂਰੀ ਮਜ਼ਬੂਤੀ ਕੰਨੇ, ਫਿਰ ਉਹਦੇ ਬਾਅਦ ਅਸੀਂ ਅੱਗੇ ਨਿਕਲਣਾ। ਸਾਰੇ ਲੋਕ ਆਪਣੀ ਆਪਣੀ ਜਗ੍ਹਾ ਪਰ 2 ਮਿੰਟ ਜਿਹੀਆਂ ਖੜੇ ਹੋਈਆਂ ਜਾਈਆਂ, ਬੈਠੇ ਰਹੋ ਇੰਨੇ ਅਸਥਾਈ ਹੈ। ਇੱਕ ਜਾਗੋਸ਼ ਦੇਣਾ ਪੂਰੀ ਮਜ਼ਬੂਤੀ ਕੰਨੇ, ਅਰੇ 2 ਮਿੰਟ ਖੜੇ ਹੋਣ।